ਹਾਏ ਨੀ ਆਪਾਂ ਫੇਰ ਮਿਲਾਂਗੇ, ਕਦੇ ਨਾ ਕਦੇ ਫੇਰ ਮਿਲਾਂਗੇ। ਹਾਏ ਨੀ ਆਪਾਂ ਫੇਰ ਮਿਲਾਂਗੇ, ਕਦੇ ਨਾ ਕਦੇ ਫੇਰ ਮਿਲਾਂਗੇ। ਮੈਂ ਫੁੱਲ ਬਣਨਾ ਤੂੰ ਤਾਰਾ, ਮੈਨੂੰ ਵੀ ਨਹੀਂ ਪਤਾ ਸੀ ਬਈ ਇੰਨਾ ਹਿੱਟ ਹੋ ਜਾਊਗਾ। ਮੈਨੂੰ ਵੀ ਇਸੇ ਗਾਣੇ ਤੋਂ ਪੁਸ਼ ਮਿਲਿਆ। ਪਹਿਲਾਂ ਇੱਕ ਦੋ ਗਾਣੇ ਚੱਲੇ ਸੀਗੇ, ਪਰ ਉਹ ਪੰਜਾਬ ਲੈਵਲ 'ਤੇ ਚੱਲੇ ਸੀ, ਪਰ ਵਰਲਡ ਵਾਈਡ ਆ ਗਾਣੇ ਚੱਲੇ। ਹਾਏ ਨੀ ਆਪਾਂ ਫੇਰ ਮਿਲਾਂਗੇ। ਗਾਣਾ ਬਣਨ ਨੂੰ ਅੱਧੇ ਘੰਟੇ 'ਚ, ਹੁਣ ਮੇਰਾ ਯਾਰ ਗਾਣਾ ਬਾਈ ਨੇ ਮੈਨੂੰ ਵੋਕਲ ਭੇਜੀ ਸੀ, ਅਸੀਂ ਅੱਧੇ ਘੰਟੇ 'ਚ ਬਣਾ ਦਿੱਤਾ ਸੀ, ਅਤੇ ਅਪਲੋਡ ਕਰਤਾ। ਇੱਕ ਦਿਨ ਬਾਅਦ ਹੀ ਰੀਲ 'ਤੇ ਟ੍ਰੈਂਡਿੰਗ ਆ ਗਿਆ, ਇੱਕ ਨੰਬਰ ਰੀਲ 'ਤੇ ਟ੍ਰੈਂਡਿੰਗ ਆ ਗਿਆ। ਫਿਰ ਉਸ ਤੋਂ ਬਾਅਦ ਸ਼ਰਧਾ ਕਪੂਰ ਨੇ ਪੋਸਟ ਪਾਤੀ ਸੀ ਉਸ ਗਾਣੇ ਦੀ। ਮੈਂ ਹੀ ਬਾਈ ਨੂੰ ਮੈਸੇਜ ਕੀਤਾ, ਆ ਦੇਖੋ ਬਈ ਸ਼ਰਧਾ ਕਪੂਰ ਨੇ ਸਾਡੀ ਪੋਸਟ ਪਾਤੀ। ਸਾਡੇ ਤਿੰਨ ਗਾਣੇ ਜਿਹੜੇ ਮੈਂ ਮਿਊਜ਼ਿਕ ਕੀਤਾ, ਤੇਰੇ ਨਾਲ ਪਿਆਰ ਮੈਂ, ਆਪਾਂ ਫੇਰ ਮਿਲਾਂਗੇ, ਮੇਰਾ ਯਾਰ, ਤਿੰਨੋਂ ਦੀ ਪੋਸਟ ਕਰਤੀ ਸੀ ਸ਼ਰਧਾ ਕਪੂਰ ਨੇ। ਪੁਰਾਣੇ ਡਾਕਟਰ ਜੂਜ਼ ਹੋ ਗਏ, ਤਾਕਿਡ ਨਵੇਂ ਹੋ ਗਏ, ਇਹਨਾਂ ਨੂੰ ਸੁਣਦੇ ਆ ਰਿਹਾ ਮਿਊਜ਼ਿਕ, ਇਹਨਾਂ ਦਾ ਸੁਣਦੇ ਆ ਰਹੇ ਹਾਂ, ਤਾਂ ਉਹਨਾਂ ਤੋਂ ਇੰਸਪਾਇਰ ਹੈਗੇ। ਬਾਕੀ ਸਾਰੇ ਵਧੀਆ ਸੀਗੇ, ਸਾਰੇ ਸੁਣਦੇ ਰਹਿੰਦੇ ਸੀਗੇ ਪੁਰਾਣੇ ਪੰਜਾਬੀ ਮਿਊਜ਼ਿਕ, ਜਿੰਨਾ ਵੀ ਹੈ ਬੋਲੀਵੁੱਡ ਦਾ ਹੋ ਗਿਆ, ਸੁਣਦੇ ਰਹਿੰਦੇ, ਉਹਦੇ ਨਾਲ ਇੰਸਪਾਇਰ ਹੋ ਕੇ ਬਸ ਚੱਲਦਾ ਰਹਿੰਦਾ। ਸਤਿ ਸ਼੍ਰੀ ਅਕਾਲ, ਜਗਮਾਈ ਦੇਖ ਰਹੇ ਹੋ ਤੁਸੀਂ, ਔਰ ਮੈਂ ਤੁਹਾਡੇ ਨਾਲ ਨੇਹਾ ਮਨਹਾਸ। ਅੱਜ ਦੀ ਇਸ ਕਨਵਰਸੇਸ਼ਨ ਦੇ ਵਿੱਚ ਤੁਹਾਡੀ ਮੁਲਾਕਾਤ ਦਾ ਮਾਸਟਰਜ਼, ਜਿਨ੍ਹਾਂ ਦੇ ਨਾਮ ਨਾਲ ਫੇਮਸ ਨੇ ਅੰਸ਼ੁਲ ਸੇਟੀਆ, ਜੋ ਕਿ ਮਿਊਜ਼ਿਕ ਪ੍ਰੋਡਿਊਸਰ ਨੇ ਜਾਂ ਮਿਊਜ਼ਿਕ ਡਾਇਰੈਕਟਰ ਤੁਸੀਂ ਕਹਿ ਸਕਦੇ ਹੋ, ਉਹਨਾਂ ਦੇ ਬਹੁਤ ਸਾਰੇ ਗੀਤ, ਉਹਨਾਂ ਦੇ ਮਿਊਜ਼ਿਕ ਦੇ ਦਿੱਤੇ ਹੋਏ ਗੀਤ ਤੁਸੀਂ ਸੁਣੇ ਹੋਏ ਆ, ਜੋ ਕਿ ਸਾਵੀ ਕਾਲੋ ਦੀ ਆਵਾਜ਼ ਵਿੱਚ ਨੇ। ਆਪਾਂ ਫੇਰ ਮਿਲਾਂਗੇ ਮਾਈ, ਜਾਂ ਜਿੰਨੇ ਵੀ ਸਾਵੀ ਦੇ ਗੀਤ ਆਏ ਉਹਨਾਂ ਨੇ ਉਸਦਾ ਮਿਊਜ਼ਿਕ ਦਿੱਤਾ ਹੋਇਆ ਮੇਰੇ ਨਾਲ ਨੇ, ਅੰਸ਼ੁਲ ਜਾਂ ਕਹਿ ਲਈਏ ਦਾ ਮਾਸਟਰਸ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਫਾਈਨਲੀ ਆਪਾਂ ਓਪਨਿੰਗ ਕਰ ਲਈ ਹੈ, ਕਿਉਂਕਿ ਮੈਂ ਤੁਹਾਨੂੰ ਦਾ ਮੇਕਰਸ ਮੇਕਰਸ ਕਰ ਰਹੀ ਸੀ, ਬਟ ਤੁਸੀਂ ਦਾ ਮਾਸਟਰਸ ਹੋ। ਕੀ ਹਾਲ ਚਾਲ ਹੈ ਜੀ, ਦੱਸੋ। ਬਹੁਤ ਵਧੀਆ, ਤੁਸੀਂ ਦੱਸੋ ਜੀ। ਬਸ ਆਲ ਗੁੱਡ। ਇਹ ਤੁਹਾਡਾ ਮੇਰੇ ਦਾ ਸਭ ਤੋਂ ਪਹਿਲਾ ਇੰਟਰਵਿਊ ਹੋਣ ਵਾਲਾ ਹੈ, ਸੋ ਬਹੁਤ ਹਿੱਟ ਗੀਤ ਜਾ ਰਹੇ ਆ ਸਾਵੀ ਦੇ, ਜਿੰਨੇ ਵੀ ਆ ਰਹੇ ਆ, ਹੈ ਨਾ। ਮੈਨੂੰ ਲੱਗਦਾ ਹੁਣ ਯਾਰੀ 'ਤੇ ਗੀਤ ਆਇਆ ਉਹਨਾਂ ਦਾ, ਔਰ ਮੇਰਾ ਯਾਰ, ਉਸ ਤੋਂ ਪਹਿਲਾਂ ਜਿਹੜੇ ਗੀਤ ਉਹਨਾਂ ਦੇ, ਆਪਾਂ ਫਿਰ ਮਿਲਾਂਗੇ, ਮਾਈ 'ਤੇ ਆ, ਬਾਪੂ ਦੇ, ਜਿੰਨੇ ਵੀ ਸਾਰੇ ਗੀਤ ਆਏ ਤੁਸੀਂ ਮਿਊਜ਼ਿਕ ਦਿੱਤਾ, ਉਹ ਤਾਂ ਬਹੁਤ ਸੁਪਰ ਡੁਪਰ ਹਿੱਟ ਵੀ ਰਹੇ ਆ। ਥੈਂਕ ਯੂ ਜੀ, ਥੈਂਕ ਯੂ। ਸੋ ਕਿਵੇਂ ਦਾ ਲੱਗਦਾ ਹੁੰਦਾ ਹੈ, ਔਰ ਸਭ ਤੋਂ ਪਹਿਲਾਂ ਇਹ ਦੱਸੋ ਕਿ ਜਦੋਂ ਆਪਾਂ ਫਿਰ ਮਿਲਾਂਗੇ ਗੀਤ ਹਿੱਟ ਹੁੰਦਾ ਹੈ, ਲੋਕਾਂ ਨੂੰ ਉਹਨਾਂ ਦੇ ਫੋਨ ਦੀ ਰੀਲਸ ਦੇਖਣਾ ਸ਼ੁਰੂ ਹੁੰਦਾ ਹੈ, ਤੁਹਾਨੂੰ ਕਦੋਂ ਪਤਾ ਲੱਗਦਾ ਔਰ ਤੁਸੀਂ ਕਿੰਨੇ ਐਕਸਾਈਟਡ ਹੁੰਦੇ ਹੋ ਕਿ ਯਾਰ ਇਹਦਾ ਮਿਊਜ਼ਿਕ ਮੈਂ ਦਿੱਤਾ ਹੋਇਆ? ਐਕਸਾਈਟਡ ਤਾਂ ਬਹੁਤ ਹੋਇਆ ਸੀਗੀ, ਕਾਲਸ ਆਉਣ ਲੱਗ ਗਈਆਂ, ਬਹੁਤ ਮਿਊਜ਼ਿਕ ਦੀ ਉਹ ਆਉਣ ਲੱਗ ਗਈਆਂ ਵੀ ਸਾਡਾ ਵੀ ਮਿਊਜ਼ਿਕ ਬਣਾਓ। ਰੀਲਸ ਚੈੱਕ ਕਰਦੇ ਸੀਗੇ, ਰੀਲਸ ਬਹੁਤ ਸਾਰੀਆਂ, ਆਪਾਂ ਫੇਰ ਮਿਲਾਂਗੇ, ਆਪਾਂ ਫੇਰ ਮਿਲਾਂਗੇ, ਅਤੇ ਘਰਦਿਆਂ ਦੇ ਵੀ ਫੋਨ ਆਏ, ਫਰੈਂਡਸ ਦੇ ਵੀ ਆਏ ਵੀ ਤੂੰ ਮਿਊਜ਼ਿਕ ਕੀਤਾ, ਤਾਂ ਬਹੁਤ ਚੰਗਾ ਲੱਗਦਾ ਉਹ ਚੀਜ਼ ਨੂੰ ਲੈ ਕੇ। ਘਰ ਕਿੰਨੇ ਟਾਈਮ ਬਾਅਦ ਜਾਣਾ ਤੁਸੀਂ? ਚੰਡੀਗੜ੍ਹ ਹੋ ਗਏ, ਵੈਸੇ ਤੁਸੀਂ ਹਰਿਆਣੇ? ਹਾਂਜੀ ਹਾਂਜੀ ਹਾਂਜੀ, 5 ਸਾਲ ਤੋਂ ਮੈਂ ਇੱਥੇ ਹੀ ਹਾਂ, 2 ਕੁ ਮਹੀਨਿਆਂ ਬਾਅਦ ਚੱਕਰ ਲੱਗ ਜਾਂਦਾ, ਕਿਉਂਕਿ ਬਹੁਤ ਕੰਮ ਦਾ ਵੀ ਥੋੜ੍ਹਾ ਸਟ੍ਰੈਸ ਵਗੈਰਾ ਹੁੰਦਾ। ਹਾਂਜੀ ਹਾਂਜੀ, ਤਾਂ ਫਿਰ ਥੋੜ੍ਹਾ ਬਹੁਤ ਟਾਈਮ 2 ਕੁ ਮਹੀਨਿਆਂ ਬਾਅਦ ਜਾਂਦੇ ਹਾਂ ਘਰੇ। ਅਤੇ ਘਰ ਦੇ ਨਹੀਂ ਕਹਿੰਦੇ ਹੁੰਦੇ ਕਿ ਸਾਨੂੰ ਕਦੋਂ ਮਿਲੇਗਾ ਆ ਕੇ? ਨਹੀਂ ਨਹੀਂ, ਫਿਰ ਕੰਮ ਵੀ ਕਰਨਾ, ਉਹਨਾਂ ਨੂੰ ਪਤਾ ਹੁੰਦਾ ਜੀ ਵੀ ਕੰਮ ਕਰਨਾ, ਤਾਂ ਕਰਕੇ ਫਿਰ ਉਹ ਵੀ ਕੁਛ ਨਹੀਂ ਕਹਿੰਦੇ ਜ਼ਿਆਦਾ, ਚੱਲ ਜਾਂਦੇ ਹਾਂ 2 ਕੁ ਮਹੀਨੇ ਬਾਅਦ ਚੱਲ ਜਾਂਦੇ ਹਾਂ। ਸਾਵੀ, ਉਹਨਾਂ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਆਰਟਿਸਟ ਦੇ ਗੀਤ ਤੁਸੀਂ ਕੀਤੇ, ਪਲੀਜ਼ ਦੱਸੋ। ਮੈਂ ਰੂਹ ਖਾਨ ਦਾ ਤਸਬੀਹ ਗਾਣਾ ਕੀਤਾ, ਐਨੀ ਵੇ ਸਜਣਾ ਜੁਦਾਈ ਨਹੀਂ ਚੰਗੀ, ਚੱਲਿਆ ਸੀਗਾ ਪੰਜਾਬ ਲੈਵਲ 'ਤੇ, ਬਹੁਤ ਸੈਡ ਸੌਂਗ ਚੱਲਿਆ ਸੀਗਾ। ਹੁਣ ਆ ਰਹੇ ਹਾਂ ਹੋਰ ਰੋਸ਼ਨ ਪ੍ਰਿੰਸ ਭਾਜੀ ਨਾਲ ਆ ਰਹੇ ਹਾਂ, ਹੋਰ ਵੀ ਬਹੁਤ ਆਰਟਿਸਟ ਨਾਲ ਆ ਰਹੇ ਹਾਂ। ਆਪਾਂ ਫੇਰ ਮਿਲਾਂਗੇ ਚੱਲਣ ਤੋਂ ਬਾਅਦ ਬਹੁਤ ਸਾਰੇ ਕਾਲਸ ਵੀ ਆਉਣ ਲੱਗ ਗਏ ਵੀ ਸਾਡਾ ਵੀ ਮਿਊਜ਼ਿਕ ਕਰੋ, ਤਾਂ ਫਿਰ ਅੱਗੇ ਬਹੁਤ ਸਾਰੇ ਆਰਟਿਸਟਾਂ ਨਾਲ ਆ ਰਹੇ ਹਾਂ, ਤਾਂ ਫਿਰ ਚੱਲ ਰਿਹਾ। ਅਤੇ ਸਾਵੀ, ਉਹਨਾਂ ਨਾਲ ਮੁਲਾਕਾਤ ਕਿਵੇਂ ਹੋਈ ਸੀ, ਕਿਵੇਂ ਜੁੜੇ ਤੁਸੀਂ? ਯਾਰਵੇਲੀ ਪ੍ਰੋਡਕਸ਼ਨ ਕੰਪਨੀ ਇੱਕ ਸਾਡੇ ਯਾਰ ਦੋਸਤ ਨੇ ਸੱਤਾ, ਅਤੇ ਉਹ ਇਹਨਾਂ ਦੇ ਫਰੈਂਡ ਸੀਗੇ, ਉਹਨਾਂ ਦੇ ਵੈਡਿੰਗ 'ਤੇ ਮਿਲੇ ਸੀਗੇ ਅਸੀਂ, ਪਹਿਲਾਂ ਜਾਣਦੇ ਸੀ ਮੈਨੂੰ, ਲੇਕਿਨ ਇਹਨਾਂ ਨੇ ਉਹਨਾਂ ਨੂੰ ਮਤਲਬ ਕਿਹਾ ਵੀ ਕੋਈ ਮਿਊਜ਼ਿਕ ਵਾਲਾ ਬੰਦਾ ਚਾਹੀਦਾ ਮੈਨੂੰ। ਓਕੇ, ਅਤੇ ਇਹਨਾਂ ਨੇ ਮੈਨੂੰ ਕੰਟੈਕਟ ਕੀਤਾ, ਅਸੀਂ ਪਹਿਲਾਂ 1-2 ਗਾਣੇ ਬਣਾਏ ਸੀਗੇ, ਇਹਨਾਂ ਨੂੰ ਵਾਈਬ ਵਧੀਆ ਲੱਗੀ, ਤਾਂ ਫਿਰ ਉਸ ਤੋਂ ਬਾਅਦ ਮੈਨੂੰ ਇਹਨਾਂ ਦਾ ਗਾਣਾ ਇੰਸਟਾ 'ਤੇ ਥੋੜ੍ਹਾ ਜਿਹਾ ਚੱਲਣ ਲੱਗ ਗਿਆ ਸੀਗਾ, ਟ੍ਰੈਂਡਿੰਗ 'ਚ ਆ ਗਈ ਸੀਗੀ, ਰੀਲ ਪਾਈ ਸੀਗੀ ਗੱਡੀ 'ਚ ਗਾ ਕੇ,
ਤੇ ਫਿਰ ਮੈਨੂੰ ਫੋਨ ਆਇਆ ਵੀ ਆਪਾਂ ਮਿਊਜ਼ਿਕ ਕਰਨਾ ਕਰ ਲੈਂਦੇ ਭਾਈ। ਤੇ ਫਿਰ ਮੈਨੂੰ ਵੀ ਨਹੀਂ ਪਤਾ ਸੀ ਬਈ ਇੰਨਾ ਹਿੱਟ ਹੋ ਜੂਗਾ। ਮੈਨੂੰ ਵੀ ਇਸੇ ਗਾਣੇ ਤੋਂ ਪੁਸ਼ ਮਿਲਿਆ। ਪਹਿਲਾਂ ਇੱਕ ਦੋ ਗਾਣੇ ਚੱਲੇ ਸੀਗੇ ਪਰ ਉਹ ਪੰਜਾਬ ਲੈਵਲ ਤੇ ਚੱਲੇ ਸੀ, ਪਰ ਵਰਲਡ ਵਾਈਡ ਆ ਗਾਣੇ ਚੱਲੇ। ਹਾਂ, ਯਾ ਪੈਨ ਇੰਡੀਆ ਯਾ ਵਰਲਡ ਵਾਈਡ ਇਹੀ ਗੀਤ ਜਿਹੜੇ ਚੱਲੇ ਆ ਤੇ ਲੋਕੀ ਤਾਂ ਹੁਣ ਬਹੁਤ ਪਿਆਰ ਕਰ ਰਹੇ ਹੈ ਨਾ ਇਹਨਾਂ ਗੀਤਾਂ ਨੂੰ। ਦੱਸ ਰਹੇ ਸੀ ਸਾਵੀ ਕਿ ਦਿਨ ਦਾ 1.5 ਲੱਖ ਜਾਂ 3 ਲੱਖ ਦੇ ਕਰੀਬ ਜਿਹੜੀ ਸਟ੍ਰੀਮਿੰਗ ਜਾ ਰਹੀ ਹੈ ਸਪੋਟੀਫਾਈ 'ਤੇ ਜਾਂ ਹੋਰ ਜਿਹੜੇ ਪਲੈਟਫਾਰਮਸ ਹੈਗੇ ਉਹਨਾਂ 'ਤੇ। ਸੋ ਇਹ ਖੁਸ਼ੀ ਹੁੰਦੀ ਹੈ ਕਿ ਯਾਰ ਜਦੋਂ ਆਪਣਾ ਮਿਊਜ਼ਿਕ ਬੰਦਾ ਸੁਣਦਾ ਤਾਂ ਉਸ ਵੇਲੇ ਕਿੱਦਾਂ ਕੁ ਫੀਲ ਹੁੰਦਾ? ਉਹ ਚੀਜ਼ਾਂ ਯਾਦ ਆਉਂਦੀਆਂ, ਯਾਰ ਮੈਂ ਇਹ ਜਦੋਂ ਮਿਊਜ਼ਿਕ ਬਣਾਉਣਾ ਸੀ ਆਹ ਚੀਜ਼ ਹੋਈ ਸੀ, ਉਸ ਜਿਹੜੀ ਬੈਕ ਸਟੋਰੀ ਆ ਉਹ ਚੇਤੇ ਆਉਂਦੀ ਹੁੰਦੀ ਹੈ। ਹਾਂਜੀ ਬਿਲਕੁਲ। ਜਦੋਂ ਗਾਣਾ ਭੇਜਿਆ ਮੈਨੂੰ ਵੈਸੇ ਤਾਂ ਦੋ ਦਿਨਾਂ 'ਚ ਤਿਆਰ ਹੋ ਗਿਆ ਸੀ। ਉਹਨਾਂ ਦੇ ਮੇਨ ਆਹੀ ਸੀਗਾ ਵੀ ਜਿੱਦਾਂ ਮੈਂ ਲਾਈਵ ਗਾਇਆ, ਜਿੱਦਾਂ ਮੈਂ ਗੱਡੀ 'ਚ ਗਾਇਆ, ਸਾਰੇ ਲੋਕਾਂ ਨੇ ਉਹੀ ਵਾਈਬ ਪਸੰਦ ਕੀਤੀ ਹੈ ਅਤੇ ਉੱਦਾਂ ਦਾ ਹੀ ਮਿਊਜ਼ਿਕ ਬਣਾਉਣਾ। ਫਿਰ ਉਹ ਚੀਜ਼ ਥੋੜ੍ਹੀ ਜਿਹੀ ਡਿਫੀਕਲਟ ਸੀਗੀ ਕਿਉਂਕਿ ਨਵਾਂ ਮਿਊਜ਼ਿਕ ਬਣਾਉਂਦੇ ਹਾਂ ਤਾਂ ਉਹ ਥੋੜ੍ਹਾ ਸੌਖਾ ਹੁੰਦਾ, ਪਰ ਜਿਹੜੀ ਚੀਜ਼ ਗੱਡੀ 'ਚ ਲੋਕਾਂ ਨੇ ਪਸੰਦ, ਹਾਂਜੀ ਹਾਂਜੀ, ਉਹ ਬਣਾਉਣੀ ਔਖੀ ਸੀਗੀ ਪਰ ਬਣ ਗਈ ਸੀਗੀ, ਰੱਬ ਦਾ ਸ਼ੁਕਰ ਹੈ। ਫਿਰ ਉਸ ਤੋਂ ਬਾਅਦ ਬਹੁਤ ਚੱਲਿਆ, ਇੰਨੀ ਉਮੀਦ ਨਹੀਂ ਸੀਗੀ ਵੀ ਇੰਨਾ ਚੱਲ ਜੂਗਾ, ਪਰ ਵਾਈਬ ਮੈਨੂੰ ਵੀ ਵਧੀਆ ਲੱਗਦੀ ਸੀਗੀ ਜਦੋਂ ਉਹਨਾਂ ਨੇ ਮੈਨੂੰ ਭੇਜਿਆ। ਮੈਨੂੰ ਵੀ ਲੱਗਿਆ ਵੀ ਗਾਣਾ ਬਹੁਤ ਸੋਹਣਾ, ਕਿਉਂਕਿ ਕੋਈ ਵੀ ਗਾਣਾ ਸੁਣਦਾ ਤਾਂ ਉਹਨੂੰ ਲੱਗਦਾ ਹੈ ਵੀ ਕੰਪੋਜੀਸ਼ਨ ਬਹੁਤ ਸੋਹਣੀ ਸੀਗੀ ਇਹਦੀ। ਮੈਨੂੰ ਵੀ ਥੋੜ੍ਹਾ ਜਿਹਾ ਉਵੇਂ ਵੀ ਈਜ਼ੀ ਹੋਇਆ ਬਣਾਉਣ ਨੂੰ, ਪਰ ਉਹ ਡਿਫੀਕਲਟ ਸੀਗੇ ਬਸ ਸੇਮ ਵਾਈਬ ਦੇਣੀ ਹੈ, ਪਰ ਬਣ ਗਿਆ। ਤੁਹਾਡੇ ਮਿਊਜ਼ਿਕ ਦੇਣ ਤੋਂ ਬਾਅਦ ਲੋਕਾਂ ਨੇ ਇਸ ਗੀਤ ਦਾ ਲੋ ਫਾਈ ਵੀ ਬਣਾਇਆ, ਉਹ ਵਧੀਆ ਲੱਗਿਆ ਤੁਹਾਨੂੰ? ਹਾਂਜੀ ਹਾਂਜੀ, ਉਹ ਲੋ ਫਾਈ ਮਤਲਬ ਇੱਕ ਮੈਂ ਵੀ ਵਰਜ਼ਨ ਬਣਾਇਆ ਸੀਗਾ ਜਿਹੜਾ ਬਹੁਤ ਵਧੀਆ ਲੱਗਿਆ। ਹੋਰ ਵੀ ਬਹੁਤ ਸਾਰੇ ਵਜ਼ਨ ਰਿਮਿਕਸ ਬਹੁਤ ਸਾਰੇ ਆਉਂਦੇ ਤਾਂ ਉਹ ਸੁਣ ਕੇ ਬਹੁਤ ਵਧੀਆ ਲੱਗਦਾ ਵੀ ਐਂ ਹੁੰਦਾ ਵੀ ਸਾਡੀ ਵੀ ਕੋਈ ਚੀਜ਼ ਅੱਗੇ ਆਈ ਹੈ। ਮਿਊਜ਼ਿਕ ਕਿਵੇਂ ਬਣਦਾ ਤੁਹਾਡੇ ਦਿਮਾਗ ਦੇ ਵਿੱਚ? ਲਾਈਕ ਕਿੱਦਾਂ ਵਾਈਬ ਆਉਂਦੀ ਕਿ ਯਾਰ ਇਸ ਗਾਣੇ ਲਈ ਇਹ ਮਿਊਜ਼ਿਕ ਸੈੱਟ ਹੈ? ਉਹ ਵਾਈਬ ਹੁੰਦੀ ਹੈ, ਵੈਸੇ ਜੋਨਰਾਜ਼ ਹੁੰਦੇ ਆ ਅਲੱਗ ਅਲੱਗ, ਜਿਵੇਂ ਕੰਪੋਜੀਸ਼ਨ ਸੁਣ ਕੇ, ਮੇਨ ਕੰਪੋਜੀਸ਼ਨ ਹੈ ਲਿਰਿਕਸ ਅਤੇ ਕੰਪੋਜੀਸ਼ਨ ਸੁਣ ਕੇ ਜੋਨਰਾ ਕਿਹੜੇ ਜੋਨਰੇ ਦੇ ਵਿੱਚ ਸੈੱਟ ਬੈਠੂਗਾ, ਫਿਰ ਦਿਮਾਗ 'ਚ ਇੱਕ ਮਿਊਜ਼ਿਕ ਬਣਦਾ। ਫਿਰ ਉਹਨੂੰ ਡੋ ਦੇ ਜਿਹੜੇ ਡੋ ਸੋਫਟਵੇਅਰ ਉਹਨੂੰ ਡੋ ਕਹਿੰਦੇ, ਉਹਦੇ ਵਿੱਚ ਅਸੀਂ ਅਰੇਂਜ ਕਰਦੇ ਹਾਂ। ਪਹਿਲਾਂ ਦਿਮਾਗ 'ਚ ਮਿਊਜ਼ਿਕ ਬਣਦਾ ਵੀ ਕੀ ਹੋ ਸਕਦਾ, ਫਿਰ ਕੁਛ ਚੀਜ਼ਾਂ ਲਾਈਵ ਕਰਾਉਣੀ ਪੈਂਦੀਆਂ, ਲਾਈਵ ਵੀ ਕਰਾਉਣੇ। ਜੇ ਆਪਾਂ ਫੇਰ ਮਿਲਾਂਗ ਦੇ ਵਿੱਚ ਯੂਕੂਲੇਲੇ ਇੰਸਟਰੂਮੈਂਟ ਇੱਕ ਲਾਈਵ ਕਰਾਇਆ ਸੀਗਾ। ਓਕੇ, ਹਾਂਜੀ ਹਾਂਜੀ, ਅਤੇ ਉਹ ਵਧੀਆ ਵਾਈਬ ਆ ਗਈ ਉਹਦੇ ਨਾਲ। ਅਦਰਵਾਈਜ਼ ਤਾਂ ਸਭ ਮਤਲਬ ਤੁਸੀਂ ਜਿਹੜਾ ਲਾਈਵ ਮਿਊਜ਼ਿਕ ਬਹੁਤ ਘੱਟ ਗਿਆ ਹੈ, ਹਾਂਜੀ ਹਾਂਜੀ, ਹੈ ਨਾ? ਥੋੜ੍ਹਾ ਬਹੁਤ ਲੂਪਸ ਵਗੈਰਾ ਯੂਜ਼ ਕਰਦੇ ਹਾਂ ਅਸੀਂ, ਵਧੀਆ ਸਾਊਂਡ ਦੇਣ ਵਾਸਤੇ ਲੂਪਸ ਯੂਜ਼ ਕਰਨੀਆਂ ਪੈਂਦੀਆਂ, ਬੀਟ ਬਣਾ ਲੈਂਦੇ ਹਾਂ, ਪਰ ਕਈ ਚੀਜ਼ਾਂ ਲਾਈਵ ਕਰਾਉਣੀ ਪੈਂਦੀ ਕਿਉਂਕਿ ਅਗਲੇ ਬੰਦੇ ਦੀ ਵੀ ਕ੍ਰੀਏਟੀਵਿਟੀ ਜੁੜ ਜਾਂਦੀ ਸਾਡੇ ਨਾਲ। ਬਹੁਤ ਸਾਰੀ ਜਿਵੇਂ ਫਲੂਟ ਵਗੈਰਾ ਹੋ ਗਏ, ਗਿਟਾਰ ਕਰਾਉਂਦੇ ਰਹਿੰਦੇ ਹਾਂ, ਗਾਣੇ ਦੀ ਡਿਮਾਂਡ ਦੇ ਅਕੋਰਡਿੰਗ ਚੱਲਦਾ ਹੈ ਸਾਰਾ ਲਾਈਵ। ਕੰਮ ਈਜ਼ੀ ਹੋ ਗਿਆ ਹੁਣ ਇੰਡਸਟਰੀ ਦਾ ਕਿ ਤੁਹਾਨੂੰ ਲੱਗਦਾ ਹੋਰ ਔਖਾ ਹੋ ਗਿਆ ਜਦੋਂ ਤਾਂ ਕੰਪੀਟੀਸ਼ਨ ਵੱਧ ਗਿਆ? ਨਹੀਂ, ਈਜ਼ੀ ਵੀ ਹੈ ਜੀ, ਔਖਾ ਵੀ ਹੈ। ਉਹ ਤਾਂ ਵਾਈਬ 'ਤੇ ਡਿਪੈਂਡ ਹੈ ਵੀ ਗਾਣਾ ਬਣਨ ਨੂੰ ਅੱਧੇ ਘੰਟੇ 'ਚ, ਹੁਣ ਮੇਰਾ ਯਾਰ ਗਾਣਾ ਬਾਈ ਨੇ ਮੈਨੂੰ ਵੋਕਲ ਭੇਜੀ ਸੀ, ਅਸੀਂ ਅੱਧੇ ਘੰਟੇ ਬਣਾਤਾ ਸੀ, ਤੁਸੀਂ ਦੱਸ ਰਹੇ ਸੀ ਅੱਧੇ ਘੰਟੇ 'ਚ ਅਤੇ ਅਪਲੋਡ ਕਰਤਾ, ਇੱਕ ਦਿਨ ਬਾਅਦ ਹੀ ਰੀਲ 'ਤੇ ਟ੍ਰੈਂਡਿੰਗ ਆ ਗਿਆ, 1 ਨੰਬਰ ਰੀਲ 'ਤੇ ਟ੍ਰੈਂਡਿੰਗ ਆ ਗਿਆ। ਫਿਰ ਉਸ ਤੋਂ ਬਾਅਦ ਸ਼ਰਧਾ ਕਪੂਰ ਨੇ ਪੋਸਟ ਪਾਤੀ ਸੀ ਉਸ ਗਾਣੇ ਦੀ, ਮੈਂ ਹੀ ਬਾਈ ਨੂੰ ਮੈਸੇਜ ਕੀਤਾ ਵਾ ਦੇਖੋ ਬਈ ਸ਼ਰਧਾ ਕਪੂਰ ਨੇ ਸਾਡੀ ਪੋਸਟ ਪਾਤੀ। ਸਾਡੇ 3 ਗਾਣੇ ਜਿਹੜੇ ਮੈਂ ਮਿਊਜ਼ਿਕ ਕੀਤਾ, ਤੇਰੇ ਨਾਲ ਪਿਆਰ ਮੈਂ, ਆਪਾਂ ਫੇਰ ਮਿਲਾਂਗੇ, ਮੇਰਾ ਯਾਰ, ਤਿੰਨੋਂ ਦੀ ਪੋਸਟ ਕਰਤੀ ਸੀ ਸ਼ਰਧਾ ਕਪੂਰ ਨੇ। ਮੈਨੂੰ ਵੀ ਘਰੋਂ ਮੇਰੀ ਦੀਦੀ ਦਾ ਮੈਸੇਜ ਆਇਆ ਵੀ ਸ਼ਰਧਾ ਕਪੂਰ ਨੇ ਇੱਕ ਹੋਰ ਗਾਣਾ ਪਾਤਾ, ਇੱਕ ਹੋਰ ਗਾਣਾ, ਥੋੜ੍ਹਾ ਜਿਹਾ ਪ੍ਰਾਊਡ ਤਾਂ ਫੀਲ ਹੁੰਦਾ ਹੀ ਹੈ ਨਾ। ਹਾਂਜੀ ਹਾਂਜੀ, ਫੇਰ ਮਿਲਾਂਗੇ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਆਰਟਿਸਟ ਨੇ ਜਿਹੜਾ ਸ਼ੇਅਰ ਕੀਤਾ ਸੀਗਾ ਗਾਣਾ, ਚਾਹੇ ਪੰਜਾਬੀ ਦੇ ਹੋਣ ਚਾਹੇ ਹੈ ਨਾ ਹਿੰਦੀ ਦੇ ਵਿੱਚ, ਬਾਲੀਵੁੱਡ 'ਚ ਹੋਣ, ਲੋਕਾਂ ਨੇ ਬਹੁਤ ਸੁਣਿਆ ਅਤੇ ਉਹ ਓਬਵੀਅਸਲੀ ਇੱਕ ਵਧੀਆ ਖੁਸ਼ੀ ਆਪਣੇ ਆਪ ਨੂੰ ਹੁੰਦੀ ਹੈ। ਮੈਨੂੰ ਲੱਗਦਾ ਘਰਦਿਆਂ ਨੂੰ ਜ਼ਿਆਦਾ ਡਬਲ ਖੁਸ਼ੀ ਹੁੰਦੀ ਹੈ, ਹੈ ਨਾ? ਤੁਸੀਂ ਹਰਿਆਣੇ ਤੋਂ ਅਤੇ ਹਰਿਆਣੇ ਦਾ ਮਿਊਜ਼ਿਕ ਵੀ ਬਹੁਤ ਗਰੋ ਕਰ ਰਿਹਾ ਹੈ, ਹੈ ਨਾ? ਉਹ ਇੰਡਸਟਰੀ ਵੀ ਬਹੁਤ ਗਰੋ ਕਰ ਰਹੀ ਹੈ, ਉੱਥੇ ਵੀ ਪਲਾਨ ਹੈ ਕੁਛ ਅੱਗੇ ਤੁਹਾਡੇ? ਉੱਥੇ ਪਲਾਨ ਵੈਸੇ ਫੈਮਿਲੀ ਪੰਜਾਬੀ ਹੈ ਸਾਡੀ, ਤਾਂ ਮੈਂ ਇੱਥੇ ਆ ਕੇ ਹਰਿਆਣੇ ਦੇ ਵਿੱਚ ਜ਼ਿਆਦਾ 1-2 ਗਾਣੇ ਕੀਤੇ ਆ ਮੈਂ ਹਰਿਆਣਵੀ, ਹੋਰ ਵੀ ਆ ਰਹੇ ਹਾਂ, ਕਰ ਰਹੇ ਹਾਂ, ਹੁਣ ਸਾਰੇ ਚੀਜ਼ਾਂ ਕਰ ਰਹੇ ਹਾਂ ਬਿਲਕੁਲ, ਲੇਕਿਨ ਪੰਜਾਬ 'ਚ ਜ਼ਿਆਦਾ ਹੈ ਕਿਉਂਕਿ ਇੱਥੇ 5 ਸਾਲ ਹੋ ਗਏ ਨਾ ਰਹਿੰਦੇ ਨੂੰ, ਖਰੜ 'ਚ ਰਹਿੰਦੇ ਹਾਂ ਪੰਜਾਬ 'ਚ ਜੀ, ਤਾਂ ਫਿਰ ਉਹ ਬੰਦੇ ਵੀ ਨਾਲ ਜੁੜੇ ਹੋਏ ਹੈ,
ਪੰਜਾਬੀ ਖੁਦ ਬੋਲਦੇ ਹਾਂ, ਹੋਰ ਵੀ ਉੱਥੇ ਬੋਲੀਵੁੱਡ 'ਚ ਵੀ ਹੁਣ ਸਾਡੇ ਸੈਵੀ ਬਾਈ ਦੇ ਮੈਂ ਮਿਊਜ਼ਿਕ ਕਰ ਰਿਹਾ, ਉੱਥੇ ਵੀ ਆ ਰਿਹਾ ਕੁਛ, ਬਾਕੀ ਕਰ ਰਹੇ ਹਾਂ ਸਾਰੀ ਜਗ੍ਹਾ ਕਰ ਰਹੇ ਹਾਂ। ਤੁਹਾਨੂੰ ਕਦੋਂ ਲੱਗਿਆ ਅੰਸ਼ੁਲ ਕਿ ਹਾਂ ਮੈਨੂੰ ਕਰਨਾ ਚਾਹੀਦਾ ਮਿਊਜ਼ਿਕ, ਕਦੋਂ ਮਤਲਬ ਚਿਣ ਜਿਹੜੀ ਹੈ ਉੱਠੀ ਹੈ ਜਾਗੀ ਹੈ? ਛੋਟੇ ਹੁੰਦੇ ਗਾਉਣ ਦਾ, ਮੇਰੇ ਵੀ ਗਾਣੇ ਆਇਆ, ਗਾਉਣ ਦਾ ਸ਼ੌਕੀ ਸੀਗਾ। ਓਕੇ, ਅਤੇ ਇੱਥੇ ਚੰਡੀਗੜ੍ਹ ਆਏ, ਫਿਰ ਉਸ ਤੋਂ ਬਾਅਦ ਕਿਸੇ ਨੇ, ਮਤਲਬ ਪਹਿਲਾਂ ਗਾਉਂਦਾ ਸੀਗਾ ਮੈਂ, ਬੀ ਏ ਮਿਊਜ਼ਿਕ 'ਚ ਕੀਤੀ ਹੋਈ ਆ, ਅਤੇ ਫਿਰ ਕਿਸੇ ਨੇ ਇੰਟਰੋਡਿਊਸ ਕੀਤਾ ਮੈਨੂੰ ਡੋ ਹੁੰਦਾ ਹੈ ਵੀ ਇਹ 'ਚ ਮਿਊਜ਼ਿਕ ਬਣਾ, ਤੂੰ ਆਪ ਗਾ ਸਕਦਾ ਤਾਂ ਤੂੰ ਖੁਦ ਦਾ ਵੀ ਮਿਊਜ਼ਿਕ ਬਣਾ ਸਕਦਾ। ਫਿਰ ਉੱਥੋਂ ਕਰਦੇ ਕਰਦੇ ਇੰਟਰਸਟ ਬਣ ਗਿਆ, ਇੰਟਰਸਟ ਬਣ ਗਿਆ, ਅਤੇ ਨਾਲ ਦੇ ਫਰੈਂਡ ਸੀਗੇ, ਨਾਲ ਦੇ ਫਰੈਂਡ ਸੀਗੇ ਉਹਨਾਂ ਦਾ, ਉਹ ਵੋਕਲਸ ਭੇਜਦੇ ਸੀ ਮੈਨੂੰ, ਮੈਂ ਮਿਊਜ਼ਿਕ ਬਣਾਉਂਦਾ ਰਹਿੰਦਾ ਸੀਗਾ। ਫਿਰ ਇੰਨਾ ਇੰਟਰਸਟ ਹੀ ਇੰਨਾ ਹੋ ਗਿਆ ਵੀ ਮਿਊਜ਼ਿਕ 'ਚ ਜ਼ਿਆਦਾ ਹੋ ਗਿਆ, ਖੁਦ ਵੀ ਥੋੜ੍ਹਾ ਬਹੁਤ ਗਾਣਾ ਵਿੱਚ ਵਿੱਚ ਅਪਲੋਡ ਕਰਦੇ ਨਾਲ। ਸੁਣਾ ਸਕਦੇ ਹੋ ਕੁਝ? ਹਾਂਜੀ ਹਾਂਜੀ, ਪਲੀਜ਼। ਹਾਏ ਨਹੀਂ ਆਪਾਂ ਫੇਰ ਮਿਲਾਂਗੇ, ਕਦੇ ਨਾ ਕਦੇ ਫੇਰ ਮਿਲਾਂਗੇ, ਹਾਏ ਨਹੀਂ ਆਪਾਂ ਫੇਰ ਮਿਲਾਂਗੇ, ਕਦੇ ਨਾ ਕਦੇ ਫੇਰ ਮਿਲਾਂਗੇ। ਮੈਂ ਫੁੱਲ ਬੰਨਾ ਤੂੰ ਤਾਰਾ ਸੱਜਣਾ, ਕੱਲਾ ਤੇ ਕਵਾਰਾ ਸੱਜਣਾ, ਮਿਲਣਾ ਚਾਹੂੰ ਦੁਬਾਰਾ ਸੱਜਣਾ, ਫੇਰ ਨਾ ਲਾ ਦੀ ਲਾਰਾ ਸੱਜਣਾ, ਮਿੱਟੀ ਦਾ ਬਣ ਢੇਰ ਮਿਲਾਂਗੇ, ਹਾਏ ਨਹੀਂ ਆਪਾਂ ਫੇਰ ਮਿਲਾਂਗੇ, ਕਦੇ ਨਾ ਕਦੇ ਫੇਰ ਮਿਲਾਂਗੇ। ਤੁਹਾਡੇ ਆਫੀਸ਼ੀਅਲ ਟਰੈਕਸ ਵੀ ਆਏ ਆਪਣੇ? ਹਾਂਜੀ ਹਾਂਜੀ ਹਾਂਜੀ। ਉਹ ਕਿਹੜੇ ਟਰੈਕ ਸੀਗੇ? ਉਹ ਝਾਂਜਰਾਂ ਸੀਗਾ, ਮਤਲਬ ਥੋੜ੍ਹੇ ਬਹੁਤ ਹੀ ਕੀਤੇ ਆ ਵਿੱਚ, ਜਿਹੜਾ 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 ਮੈਨੂੰ ਮਿਊਜ਼ਿਕ ਵਧੀਆ ਲੱਗਦਾ, ਮਤਲਬ ਲਿਰਿਕਸ ਵਧੀਆ ਲੱਗਦੇ ਆ, ਵਿੱਚ ਵਿੱਚ ਕਰ ਲੈਂਦੇ ਹਾਂ, ਥੋੜ੍ਹਾ ਬਹੁਤ ਕਰਦੇ ਹਾਂ, ਜ਼ਿਆਦਾ ਤਾਂ ਮਿਊਜ਼ਿਕ 'ਤੇ ਹੀ। ਲਿਖਦੇ ਵੀ ਹੋ? ਨਹੀਂ ਨਹੀਂ, ਲਿਖਦਾ ਨਹੀਂ, ਸਿਰਫ ਮਿਊਜ਼ਿਕ ਕਰਦਾ, ਗਾ ਲੈਂਦਾ ਥੋੜ੍ਹਾ, ਕਿਉਂਕਿ ਸਾਨੂੰ ਇਹ ਹੁੰਦਾ ਨਾ ਡੰਮੀਜ਼ ਬਣਾ ਕੇ ਦੇਣੀ ਹੁੰਦੀ ਹੈ, ਤਾਂ ਫਿਰ ਆਪਦੀ ਆਵਾਜ਼ 'ਚ ਡੰਮੀਜ਼ ਬਣਾ ਕੇ ਦੇ ਦਿੰਦੇ ਹਾਂ ਆਰਟਿਸਟ ਨੂੰ। ਤਾਂ ਹੁਣ ਬਾਹਰ ਹੈ ਕੋਈ ਤਾਂ ਉਹ ਕਹਿੰਦਾ ਵੀ ਗਾਣਾ ਬਣਾ ਕੇ ਦਿਓ ਆਪਦਾ, ਕਿੱਦਾਂ ਦਾ ਗਾਣਾ ਹੋ ਸਕਦਾ, ਤਾਂ ਫਿਰ ਆਪਦੀ ਆਵਾਜ਼ 'ਚ ਬਣਾ ਕੇ ਦੇਣਾ ਪੈਂਦਾ। ਤਾਂ ਫਿਰ ਉਹ ਗਾ ਗਾ ਕੇ, ਪਹਿਲਾਂ ਵੀ ਸ਼ੌਂਕ ਸੀਗਾ, ਫਿਰ ਪਰਫੈਕਟ ਹੋ ਗਏ ਥੋੜ੍ਹਾ ਬਹੁਤ, ਬਾਕੀ ਆਪਦੇ ਵੀ ਕਰਾਂਗੇ ਅੱਗੇ, ਹੁਣ ਥੋੜ੍ਹਾ ਪਲੈਟਫਾਰਮ ਮਿਲ ਰਿਹਾ, ਪੁਸ਼ ਮਿਲ ਰਿਹਾ, ਤਾਂ ਆਪਣੇ ਵੀ ਕਰਾਂਗੇ। ਮਿਊਜ਼ਿਕ ਤਾਂ ਇੱਦਾਂ ਦੀ ਚੀਜ਼ ਹੈ ਜਿਹੜੀ ਨੈਵਰ ਐਂਡਿੰਗ, ਮਤਲਬ ਇਹ ਪ੍ਰੋਸੈਸ ਹੈ ਇਹਨੂੰ ਸਿੱਖਣ ਦਾ, ਹੈ ਨਾ? ਸੋ ਕੁਛ ਨਾ ਕੁਛ, ਕੁਛ ਨਾ ਕੁਛ ਜਿਹੜਾ ਇਹ 'ਚ ਅਪਡੇਟ ਵੀ ਹੁੰਦਾ ਰਹਿੰਦਾ, ਅਤੇ ਤੁਹਾਨੂੰ ਸਿੱਖਣਾ ਹੀ ਪੈਂਦਾ, ਹੈ ਨਾ? ਸੋ ਕਿੰਨਾ ਕੁ ਦਿਮਾਗ ਕਿ 24 ਘੰਟੇ ਮਿਊਜ਼ਿਕ ਹੀ ਮਿਊਜ਼ਿਕ ਚੱਲ ਰਿਹਾ ਹੁੰਦਾ ਇਸ ਦਿਮਾਗ ਦੇ ਵਿੱਚ? ਹਾਂਜੀ, 24 ਘੰਟੇ ਮਿਊਜ਼ਿਕ ਵੀ ਚੱਲਦਾ, ਲੇਕਿਨ ਥੋੜ੍ਹਾ ਜਿਹਾ ਸਾਨੂੰ ਇੱਧਰ ਉੱਧਰ ਘੁੰਮਣਾ ਵੀ ਪੈਂਦਾ ਦਿਮਾਗ ਨੂੰ। ਹਾਂਜੀ ਹਾਂਜੀ, ਮਿਊਜ਼ਿਕ ਵੀ ਸੁਣਦੇ ਹਾਂ, ਨਿਊ ਨਿਊ ਕੋਈ ਮਿਊਜ਼ਿਕ ਆਉਂਦਾ ਰਹਿੰਦਾ, ਬੀਟਸ ਵਗੈਰਾ ਸੁਣਦੇ ਰਹਿੰਦੇ ਹਾਂ, ਜੋਨਰਾ ਨਵਾਂ ਨਵਾਂ ਸੁਣਦੇ ਰਹਿੰਦੇ ਹਾਂ, ਤਾਂ ਉਹਦੇ ਨਾਲ ਨਾਲ ਚੱਲਦਾ ਰਹਿੰਦਾ। ਬਾਕੀ ਦਿਮਾਗ ਦੀ ਕ੍ਰੀਏਟੀਵਿਟੀ ਹੈ, ਪਤਾ ਨਹੀਂ ਕਿਹੜੀ ਚੀਜ਼ ਕਦੋਂ ਆ ਜਾਵੇ, ਤਾਂ ਫਿਰ ਉਸ ਟਾਈਮ ਬਣਦਾ ਰਹਿੰਦਾ ਮਿਊਜ਼ਿਕ। ਤੁਹਾਨੂੰ ਕਿੰਨੇ ਇੰਸਪਾਇਰ ਕੀਤਾ ਸੀਗਾ ਮਿਊਜ਼ਿਕ? ਤੁਸੀਂ ਕਹਿ ਰਹੇ ਮੈਨੂੰ ਕਿਸੇ ਨੇ ਇੰਟਰੋਡਿਊਸ ਕੀਤਾ ਹੈ ਨਾ, ਉਸ ਤੋਂ ਬਾਅਦ ਮੈਂ ਫਿਰ ਜਿਹੜਾ ਹੈ ਇਸ ਲਾਈਨ ਦੇ ਨਾਲ ਜੁੜਿਆ, ਬਟ ਉੱਦਾਂ ਪਹਿਲੇ ਇੰਟਰਸਟ ਸੀਗਾ ਮਿਊਜ਼ਿਕ ਬਣਾਉਣ ਦੇ ਵਿੱਚ? ਹਾਂਜੀ, ਥੋੜ੍ਹਾ ਬਹੁਤ ਇੱਦਾਂ ਸੀਗਾ ਇੰਟਰਸਟ, ਪਰ ਇੱਕ ਮੈਸੀ ਮਿਊਜ਼ਿਕ ਮੁੰਡਾ ਹੈ, ਮੈਂ ਉਹਦੇ ਨਾਲ ਰਹਿੰਦਾ ਸੀਗਾ, ਮੈਂ ਉਹਨੂੰ ਵੇਖਦਾ ਸੀ, ਮੈਨੂੰ ਵੀ ਸ਼ੌਂਕ ਹੁੰਦਾ ਸੀ ਵੀ ਮੈਂ ਵੀ ਕੋਈ ਮਿਊਜ਼ਿਕ ਕਰਾਂ ਇਹਦਾ। ਫਿਰ ਉਹਨੇ ਮੈਨੂੰ ਇੰਟਰੋਡਿਊਸ ਕੀਤਾ ਵੀ ਇੱਦਾਂ ਇੱਦਾਂ ਰਿਕਾਰਡਿੰਗ ਹੁੰਦੀ ਹੈ ਥੋੜ੍ਹੀ ਬਹੁਤ, ਬਾਕੀ ਮੈਂ ਯੂਟਿਊਬ ਤੋਂ ਲੱਗਿਆ ਰਿਹਾ, ਬਾਕੀ ਹੋਰ ਵੀ ਫਰੈਂਡ ਸੀਗੇ, ਬੀਟ ਬੋਏ ਦੀਪ, ਟਰਬਨ ਬੀਟਸ ਮਿਊਜ਼ਿਕ ਵਾਲੇ ਸਾਡੇ ਫਰੈਂਡ ਸਰਕਲ ਸੀਗੇ, ਉਹ ਥੋੜ੍ਹਾ ਥੋੜ੍ਹਾ ਦੱਸਦੇ ਰਹਿੰਦੇ ਸੀਗੇ ਵੀ ਸਟਾਰਟਿੰਗ 'ਚ ਸਿਖਾਉਂਦੇ ਰਹਿੰਦੇ ਸੀਗੇ, ਉਹਨਾਂ ਤੋਂ ਸਿੱਖ ਸਿੱਖ ਕੇ ਬਾਕੀ ਫਿਰ ਅੱਗੇ ਕਰਦਾ ਰਿਹਾ। ਬਾਕੀ ਜਿੱਦਾਂ ਜਿੱਦਾਂ ਗਾਣੇ ਬਣਾਈ ਚੱਲਦੇ ਆਪਾਂ, ਐਕਸਪੀਰੀਅੰਸ ਹੁੰਦਾ ਰਹਿੰਦਾ, ਫਿਰ ਬੰਦਾ ਕਰਦਾ ਰਹਿੰਦਾ। ਤੁਸੀਂ ਜ਼ਿਆਦਾ ਕਿਹਦੇ ਮਿਊਜ਼ਿਕ ਤੋਂ ਇੰਸਪਾਇਰਡ ਹੋ ਅੱਜ ਦੀ ਜੇ ਗੱਲ ਕਰੀਏ, ਪੁਰਾਣੇ ਸਮੇਂ ਦੀ ਗੱਲ ਕਰੀਏ? ਹਾਂਜੀ, ਪੁਰਾਣੇ ਡਾਕਟਰ ਜੂਸ ਹੋ ਗਏ, ਦਾਕਿਡ ਨਵੇਂ ਹੋ ਗਏ, ਇਹਨਾਂ ਨੂੰ ਸੁਣਦੇ ਆ ਰਿਹਾ ਮਿਊਜ਼ਿਕ, ਇਹਨਾਂ ਦਾ ਸੁਣਦੇ ਆ ਰਿਹਾ, ਤਾਂ ਉਹਨਾਂ ਤੋਂ ਇੰਸਪਾਇਰ ਹੈਗੇ। ਬਾਕੀ ਸਾਰੇ ਵਧੀਆ ਸੀਗੇ, ਸਾਰੇ ਹੀ ਸੁਣਦੇ ਰਹਿੰਦੇ ਸੀਗੇ, ਪੁਰਾਣੇ ਪੰਜਾਬੀ ਮਿਊਜ਼ਿਕ ਜਿੰਨਾ ਵੀ ਹੈ ਬੋਲੀਵੁੱਡ ਦਾ ਹੋ ਗਿਆ, ਸੁਣਦੇ ਰਹਿੰਦੇ, ਉਹਦੇ ਨਾਲ ਇੰਸਪਾਇਰ ਹੋ ਕੇ ਬਸ ਚੱਲਦਾ ਰਹੇਗਾ। ਵੈਸੇ ਤੁਹਾਡੇ ਹੋਰ ਨਵੇਂ ਗਾਣੇ ਜਿਹੜੇ ਹੈਗੇ ਟਰੈਕ ਬੜੇ ਆਰਟਿਸਟਾਂ ਨਾਲ ਆ ਰਹੇ ਹੈ, ਬਟ ਇੱਦਾਂ ਕੋਈ ਦਿਲੀ ਇੱਛਾ, ਦਿਲੀ ਤਮੰਨਾ ਕਿ ਹਾਂ ਇੱਕ ਸਪੈਸੀਫਿਕ ਇੱਕ ਆਰਟਿਸਟ ਹੈ ਉਹਦੇ ਨਾਲ ਕੰਮ ਕਰਨਾ? ਦਿਲੀ ਇੱਛਾ ਦਿਲਜੀਤ ਭਾਜੀ ਨਾਲ, ਦਿਲਜੀਤ ਦੋਸਾਂ। ਹਾਂਜੀ ਹਾਂਜੀ, ਦਿਲਜੀਤ ਦੋਸਾਂ ਨਾਲ, ਕਿਉਂਕਿ ਉਹਨਾਂ ਦਾ ਮਿਊਜ਼ਿਕ ਬਹੁਤ ਬਹੁਤ ਵਧੀਆ, ਬਸ ਉਹਨਾਂ ਨਾਲ ਸ਼ੁਰੂ ਤੋਂ ਹੈਗੀ ਹੈ ਵੀ ਉਹਨਾਂ ਨਾਲ ਕੁਛ ਆਵੇ। ਹਾਂਜੀ,
ਹਮੇਸ਼ਾ ਧਿਆਨ ਰੱਖਣਾ ਪੈਂਦਾ ਇੱਕ ਜਿੱਦਾਂ ਆਰਟਿਸਟ ਨੂੰ ਹੈ ਨਾ ਰੱਖਣਾ ਪੈਂਦਾ ਸਿੰਗਰ ਨੂੰ, ਉੱਦਾਂ ਹੀ ਮਿਊਜ਼ਿਕ ਵਾਲੇ ਨੂੰ ਵੀ ਰੱਖਣਾ ਪੈਂਦਾ ਕਿ ਮੇਰਾ ਮਿਊਜ਼ਿਕ ਜਿਹੜਾ ਉਹ ਮੇਰੇ ਪਿਛਲੇ ਗਾਣੇ ਤੋਂ ਬਿਲਕੁਲ ਚੇਂਜ ਹੋ ਗਿਆ ਹੈ ਨਾ। ਤੋ ਇੱਕ ਕਈ ਵਾਰ ਇਹ ਹੁੰਦਾ ਕਿ ਬੰਦੇ ਕਹਿੰਦੇ ਹੁੰਦੇ ਕਿ ਯਾਰ ਤੇਰਾ ਉਹ ਫਲਾਣਾ ਗਾਣਾ ਵਧੀਆ ਚੱਲਿਆ ਸੀਗਾ, ਕੁਝ ਉਸ ਤਰ੍ਹਾਂ ਦਾ ਬਣਾ, ਉੱਥੇ ਕੰਮ ਅੜ ਜਾਂਦਾ, ਔਖਾ ਲੱਗਦਾ ਯਾਰ ਕਿ ਇੱਕ ਚੀਜ਼ ਤਾਂ ਬਣ ਗਈ ਹੈ, ਉਹਨੂੰ ਦੁਬਾਰਾ ਕਿਵੇਂ ਰਿਕਰੀਏਟ ਕਰੀਏ। ਬਹੁਤ ਹੁੰਦਾ ਜੀ ਮੇਰੇ ਕੋਲ, ਹੁਣ ਬਹੁਤ ਕਾਲਸ ਆਉਂਦੇ ਆ ਵੀ ਆਪਾਂ ਫੇਰ ਮਿਲਾਂਗੇ ਵਰਗਾ ਮਿਊਜ਼ਿਕ ਬਣਾਈ, ਜਾਂ ਕੋਈ ਉੱਦਾਂ ਦਾ ਗਾਣਾ ਹੈਗਾ, ਕੋਈ ਪ੍ਰੋਡਿਊਸਰ ਵਗੈਰਾ ਵੀ ਪੁੱਛਦੇ ਰਹਿੰਦੇ ਵੀ ਉੱਦਾਂ ਦਾ ਗਾਣਾ ਕੋਈ, ਪਰ ਉਹ ਚੀਜ਼ ਤਾਂ ਬਣ ਗਈ, ਉਹ ਤਾਂ ਬਾਈ ਨੇ ਮੈਨੂੰ ਭੇਜਿਆ ਸੀਗਾ ਮੈਂ ਬਣਾ ਤਾ, ਹੁਣ ਉਦੋਂ ਵਾਈਬ ਜੁੜੀ ਹੋਈ ਸੀ ਜਿਹੜੀ ਉਹਦੇ ਨਾਲ ਬਣ ਗਈ ਚੀਜ਼, ਉਹ ਦੁਬਾਰਾ ਤਾਂ ਨਹੀਂ ਬਣ ਸਕਦੀ। ਬਾਕੀ ਟਰਾਈ ਚੱਲਦੀ ਰਹਿੰਦੀ ਹੈ, ਜਿੱਦਾਂ ਦਾ ਜਿੱਦਾਂ ਦਾ ਕਿਸੇ ਨੂੰ ਕੋਈ ਮਿਊਜ਼ਿਕ ਚਾਹੀਦਾ ਉਦੋਂ ਤਾਂ ਬਣਾ ਕੇ ਦੇਣਾ ਪੈਂਦਾ ਫਿਰ। ਬਾਕੀ ਕਰ ਰਹੇ ਹਾਂ ਨਵਾਂ ਨਵਾਂ ਮਿਊਜ਼ਿਕ ਵੀ ਕਰ ਰਹੇ ਹਾਂ, ਇੱਕ ਆਹ ਵੀ ਚੀਜ਼ ਹੋ ਜਾਂਦੀ ਹੈ ਵੀ ਲੋਕ ਜੱਜ ਕਰ ਲੈਂਦੇ ਵੀ ਇੱਦਾਂ ਦਾ ਹੀ ਮਿਊਜ਼ਿਕ ਬਣਾਉਂਦੇ ਹੈ, ਲੇਕਿਨ ਅਸੀਂ ਨਵਾਂ ਨਵਾਂ ਕਰ ਰਹੇ ਹਾਂ, ਸੈਵੀ ਬਾਈ ਨਾਲ ਮੇਰੇ ਆ ਰਹੇ ਹਾਂ, ਬਹੁਤ ਡਿਫਰੈਂਟ ਡਿਫਰੈਂਟ ਟਰੈਕ ਆ ਰਹੇ ਹਾਂ, ਡਿਫਰੈਂਟ ਵਾਈਬ ਦੇ ਨਾਲ ਆ ਰਹੇ ਹਾਂ, ਤਾਂ ਫਿਰ ਉਦੋਂ ਥੋੜ੍ਹਾ ਐਕਸਪਲੋਰ ਹੁੰਦਾ ਵੀ ਨਹੀਂ ਆਹ ਵੀ ਜੋਨਰ ਕਰ ਸਕਦਾ ਬੰਦਾ। ਫਿਲਮਾਂ ਦੇ ਲਈ ਵੀ ਆ ਰਹੇ ਅਪਰੋਚ ਹੋ ਰਹੀ ਕਿ ਮਿਊਜ਼ਿਕ ਕਰੋ ਗਾਣੇ ਦੇ ਲਈ? ਹਾਂਜੀ ਹਾਂਜੀ, ਰੋਸ਼ਨ ਭਾਜੀ ਨਾਲ ਚੱਲ ਰਹੀ ਹੈ ਡੀਲ, ਚੱਲ ਰਹੀ ਹੈ ਫਿਲਮ ਦੇ ਵਿੱਚ। ਹਾਂਜੀ ਹਾਂਜੀ ਹਾਂਜੀ, ਚਲੋ ਅਸੀਂ ਤਾਂ ਇਹ ਕਹਾਂਗੇ ਕਿ ਤੁਹਾਨੂੰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਹੈ ਨਾ, ਕਿ ਜਿੰਨੇ ਗਾਣੇ ਆਏ ਲੋਕ ਬਹੁਤ ਪਸੰਦ ਕਰ ਰਹੇ ਹੋ, ਮਿਊਜ਼ਿਕ ਖਾਸ ਕਰ ਬਹੁਤ ਪਸੰਦ ਕਰ ਰਹੇ, ਲਿਰਿਕਸ ਤਾਂ ਆਵਾਜ਼ ਤਾਂ ਓਬਵੀਅਸਲੀ ਸੈਵਨ ਦੀ ਬਹੁਤ ਸੋਹਣੀ ਹੈ, ਬਟ ਤੁਹਾਡਾ ਮਿਊਜ਼ਿਕ ਵੀ ਬਹੁਤ ਸੋਹਣਾ ਹੈ। ਸੋ ਇਹੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬਹੁਤ ਅੱਛੇ ਅੱਛੇ ਹੋਰ ਪ੍ਰੋਜੈਕਟਸ ਆਉਣ ਔਰ ਲੋਕ ਤੁਹਾਡੇ ਮਿਊਜ਼ਿਕ ਨੂੰ ਹਮੇਸ਼ਾ ਇੰਜੋਏ ਕਰਦੇ ਰਹਿਣ, ਐਂਡ ਤੁਸੀਂ ਹਮੇਸ਼ਾ ਮਿਊਜ਼ਿਕ ਬਣਾਉਂਦੇ ਬਣਾਉਂਦੇ ਇੰਜੋਏ ਕਰਦੇ ਰਹੋ। ਸਾਡੇ ਵਿਊਜ਼ ਨੂੰ ਕੁਝ ਕਹਿਣਾ ਚਾਹੋਗੇ ਜਾਂਦੇ ਜਾਂਦੇ? ਵਿਊਜ਼ ਨੂੰ ਇਹੀ ਕਹਿਣਾ ਚਾਹੂੰਗਾ, ਜੋ ਵੀ ਚੀਜ਼ ਆਪਾਂ ਕਰ ਰਹੇ ਹਾਂ ਉਹ ਲੱਗੇ ਰਹੋ। ਮਿਊਜ਼ਿਕ ਡਾਇਰੈਕਟਰ ਨੂੰ ਮੈਂ ਹੁਣ ਮਿਊਜ਼ਿਕ ਬਣਾਉਣਾ, ਤਾਂ ਕੋਈ ਨਵਾਂ ਮਿਊਜ਼ਿਕ ਕਰ ਰਿਹਾ ਤਾਂ ਉਹਨੂੰ ਹੀ ਦੱਸ ਸਕਦਾ ਬਈ ਕਰੀ ਚੱਲੋ ਆਪਦਾ, ਬਣਾਈ ਚੱਲੋ ਮਿਊਜ਼ਿਕ, ਡਿਫਰੈਂਟ ਡਿਫਰੈਂਟ ਲੋਕਾਂ ਨੂੰ ਬੋਲੋ ਵੀ ਆਪਦੀ ਵੋਕਲਸ ਦਿਓ, ਉਹਦੇ 'ਤੇ ਮਿਊਜ਼ਿਕ ਕਰਦੇ ਹਾਂ ਅਸੀਂ, ਤਾਂ ਮਿਊਜ਼ਿਕ ਜਿੰਨਾ ਬਣਾਓਗੇ ਉਨਾ ਵਧੀਆ ਹੋਊਗਾ, ਤੁਸੀਂ ਜਿੰਨਾ ਐਕਸਪੀਰੀਅੰਸ ਹੋਊਗਾ। ਹੁਣ ਇਹ ਨਹੀਂ ਪਤਾ ਕਿਹੜੀ ਚੀਜ਼ ਕਲਿੱਕ ਹੋ ਜਾਏ, ਸਾਨੂੰ ਵੀ ਨਹੀਂ ਪਤਾ ਸੀ, ਸਾਨੂੰ ਵੀ ਨਹੀਂ ਪਤਾ ਸੀ ਬਈ ਗਾਣਾ ਚੱਲ ਜੂਗਾ ਇੰਨਾ, ਵੀ ਸਟਰਗਲ ਕਰ ਰਹੇ ਸੀਗੇ ਪਰ ਤੁਸੀਂ ਲੱਗੇ ਰਹੋ, ਬਸ ਜਦੋਂ ਇੱਕ ਚੀਜ਼ ਕਲਿੱਕ ਹੋ ਗਈ ਤੁਹਾਨੂੰ ਪੁਸ਼ ਮਿਲ ਜੂਗਾ, ਉਸ ਤੋਂ ਬਾਅਦ ਥੋੜ੍ਹਾ ਐਕਸਪਲੋਰ ਕਰਨ ਦਾ ਥੋੜ੍ਹਾ ਹੈਲਪ ਮਿਲ ਜਾਂਦੀ ਹੈ, ਵੀ ਐਕਸਪਲੋਰ ਕਰ ਲੈਂਦਾ ਬੰਦਾ ਮਿਊਜ਼ਿਕ ਦੇ ਨਾਲ, ਖੇਡ ਲੈਂਦਾ ਹੋਰ ਜ਼ਿਆਦਾ। ਬਸ ਆਹੀ ਕਹਿਣਾ ਚਾਹੂੰਗਾ ਵੀ ਲੱਗੇ ਰਹੋ, ਲੱਗੇ ਰਹੋ, ਰਾਈਟ, ਰਿਜ਼ਲਟ ਤਾਂ ਐਟ ਦੀ ਐਂਡ ਮਿਲਦਾ ਹੀ ਮਿਲਦਾ, ਤੁਸੀਂ ਬਸ ਮਿਹਨਤ ਕਰਨੀ ਜ਼ਰੂਰੀ ਹੈ, ਹੈ ਨਾ, ਉਹ ਕੰਮ ਕਰਨਾ ਜ਼ਰੂਰੀ ਹੈ। ਥੈਂਕ ਯੂ ਸੋ ਮਚ ਅੰਸ਼ੁਲ ਸਾਡੇ ਨਾਲ ਜੁੜਨ ਦੇ ਲਈ, ਐਂਡ ਵੀ ਹੋਪ ਕਿ ਤੁਹਾਡਾ ਆਉਣ ਵਾਲਾ ਸਮਾਂ ਬਹੁਤ ਵਧੀਆ ਹੋਵੇ, ਬਹੁਤ ਸੁਪਰ ਡੁਪਰ ਹਿੱਟ ਗੀਤ ਤੁਹਾਡੀ ਝੋਲੀ ਪੈਣ ਔਰ ਸਾਰੇ ਤੁਹਾਡੇ ਮਿਊਜ਼ਿਕ ਨੂੰ ਹਮੇਸ਼ਾ ਐਪਰੀਸ਼ੀਏਟ ਕਰਨ, ਅਤੇ ਬਹੁਤ ਨਵੇਂ ਨਵੇਂ ਲੋਕ ਤੁਹਾਡੇ ਕੋਲ ਆਉਣ ਔਰ ਕਹਿਣ ਕਿ ਸਾਨੂੰ ਆਪਣਾ ਮਿਊਜ਼ਿਕ ਦਿਓ, ਦਿਲਜੀਤ ਦੋਸਾਂਝ ਨਾਲ ਵੀ ਤੁਸੀਂ ਜਿਹੜਾ ਕੰਮ ਕਰੋ। ਥੈਂਕ ਯੂ ਸੋ ਮਚ, ਥੈਂਕ ਯੂ। ਸੋ ਅੱਜ ਦੀ ਇਹ ਕੋਨਵਰਸੇਸ਼ਨ ਇੱਥੇ ਖਤਮ ਹੁੰਦੀ ਹੈ, ਉਮੀਦ ਕਰਦੇ ਹਾਂ ਕਿ ਕੋਨਵਰਸੇਸ਼ਨ ਤੁਹਾਨੂੰ ਸਹੀ ਲੱਗੀ ਹੋਵੇਗੀ। ਅਗਲੀ ਵਾਰ ਮਿਲਦੇ ਹਾਂ, ਹਦ ਤੱਕ ਮੈਨੂੰ ਯਾਨੀ ਕਿ ਨੇਹਾ ਮਨਹਾਸ ਨੂੰ ਦਵੋ ਇਜਾਜ਼ਤ, ਸਤਿ ਸ਼੍ਰੀ ਅਕਾਲ।